चार्ट नहीं ले जा। हाँ जी सत श्री अकाल, की हाल है, कैम है जी, होर सुनाओ। ये है जी अपनी बिलो, चाटो नहीं लै चल बस, इन्हें कड़ा पानी अंदर पीता वह मैं चलो अच सुनो नाले झोटियां तुरदियां भी दिखाई मैं। चल 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 फिर खरीद थ्रू देख के दस नाले थोड़ी जी ना सामने तो वीडियो बनाने तो प्रॉब्लम रही है थोड़ी जी। बस हूँ बाकी हूँ आया ना बार बूर हूँ वधिया आउंदियां। चल ठोक लै टो नहीं इधर गल करदा जी मैं तां हूँ हौली हौली हूँ रंग चेंज होने लग जूगा इन्हां दा क्योंकि अगे गर्मी थोड़ा जिहा हूँ माड़ा टाइम जे नाल बाहर निकलदियां। तां इहनूं भी मतलब हूँ ड्राई करन लगे वे। हेलो हेलो ओ बिलो हेलो ओ बिलो मेरी आवाज़ तो पता नहीं पहला तो ये बहुत लगी हुई है। बिलो हाँ पू चक्कू देखी चलो जो नेड़े जाऊंगा। हाँ 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 बाकी अज आप गल करनी है मेन जी ये तो चलो नाल मैं चलो झोटियां सूँ दिखाने तो नाले गल करते रहेंगे। तो गल आप मेन करनी है भी सारे तो ज़्यादा अजक भरा जो नवे जो पशु पालक भी है वो काफ़ी टाइम कई बार ना मिस मतलब जोड़ा कर देंगे वो जोड़ा मिस वाला टाइम है ये दस ये भी हूँ एक टाइम पाई है जी समा यदा भी थोड़ी रह गया छोटी नागनी अपनी नाल अच्छे मझा दिखावे आप जी वो भरा सारे कहें भी यार बई मझ रिंग नहीं भी मझ रेंगदी नहीं आपां उहदे बारे आप गल करते हैं भी जो सौर दियां भी आप है ना उहदे विच भी बड़े अपने वीर आ जिहड़े टाइम मिस कर देंदे आ। इसे आप मुद्दे ते अज गलबात करनी आ। हुण देखो भी सब तो पहली तो गल पहला की हुंदा सीगा जदों आपां कहिंदे हुंदे सी भी पशु ने कोई भी आस हुंदा पशु है ना तो अगे बाहर अंदर जांदे सीगे पशु जांदे सी समिलां हुंदियां सी पशुआं दियां साण विच रहिंदे सी। इह चीज़ां दा भी बहुत असर पै गया पशु हुण हर भरा दे पशु घर ही है जदों घर पशु आ हर वीर दे तो की हुंदा हुण जिहड़ियां मझां ज़्यादातर वह बस पानी मार दियां मतलब तारा देखो उहदियां जिहड़ियां आपां कह दिंदे आ भी बरीक हो जाण जदों वधिया साफ हो जाण भी जमा जदों आपां मान लो भी पशु खड़ा हुंदा ना तां जदों तारना है खुच्चां कोले आ के टुटे तां उदों नाल दी नाल जे तुसीं टीका भरावोगे बहुत घट चांस हुंदे आ भी खाली रहण दे ते उदों रिजल्ट तुहानूं फुल मिलनी मिलना। तां दूजी गल वीरे ते दूजी गल बई ते सारे भरा की करदे अपने हुण जिवें ज़्यादातर मैनूं भी फोन आउंदा ਤਾਂ ਵੀ ਕਹਿੰਦੇ ਆ ਵੀ ਵੀਰ ਵੀ ਯਾਰ ਅਸੀਂ ਆਏ ਹਾਂ ਯਾਰ ਚਾਰ ਸਾਲਾਂ ਦੀ ਝੋਟੀ ਹੋ ਗਈ ਪਾਣੀ ਪੂਰਾ ਸਾਫ਼ ਹੁੰਦਾ ਵੀ ਕੋਈ ਪ੍ਰੋਬਲਮ ਨਹੀਂ ਪਰ ਪ੍ਰੋਬਲਮ ਕਾਹਦੀ ਹੈ ਵੀ ਯਾਰ ਉਹ ਮਤਲਬ ਰਿੰਗਦੀਆਂ ਨਹੀਂ ਬੋਲਦੀਆਂ ਨਹੀਂ। ਫਿਰ ਵੀਰ ਨੂੰ ਵੀ ਮੈਂ ਦੱਸਿਆ ਮੈਂ ਕਿਹਾ ਵੀ ਇਹ ਬੋਲਣ ਵਾਲਾ ਜਿਹੜਾ ਟਾਈਮ ਗਿਆ ਅੱਗੇ ਖੁੱਲੀਆਂ ਜਦੋਂ ਜਾਂਦੇ ਆ ਪਸ਼ੂ ਹੋਰ ਜਾਂਦੇ ਆ ਜਿਹੜੇ ਹਜੇ ਵੀ ਤੁਸੀਂ ਦੇਖ ਲਓ ਜਿਹੜੇ ਤੁਰਦੇ ਫਿਰਦੇ ਖੁੱਲ੍ਹੇ ਪਸ਼ੂ ਹੈ ਉਹ ਤੁਹਾਨੂੰ ਮਤਲਬ ਰਿੰਗਦੇ ਵੀ ਤੁਹਾਨੂੰ ਮਿਲ ਜਾਣਗੇ ਟਾਈਮ 'ਤੇ ਜਦੋਂ ਪਸ਼ੂ ਹੀਟ 'ਤੇ ਆਉਂਦਾ ਪ੍ਰੋਪਰ। ਤਾਂ ਪਰ ਕਹਿਣ ਦਾ ਭਾਵ ਕੀ ਆ ਹੁਣ ਜ਼ਿਆਦਾਤਰ ਪਸ਼ੂ ਬਸ ਇਕੱਲਾ ਪਾਣੀ ਮਾਰਦੇ ਆ ਤਾਰਾਂ ਹੀ ਦਿੰਦੇ ਆ ਪਸ਼ੂ ਤਾਂ ਤੁਸੀਂ ਤਾਰਾਂ ਦੇ ਵਿੱਚ ਹੀ ਨਿਗਾਹ ਰੱਖਣੀ ਹੈ। ਤਾਂ ਜਦੋਂ ਤਾਰਾਂ ਦੇਤੀਆਂ ਬਰੀਕ ਹੋ ਗਈ ਤੁਹਾਨੂੰ ਦੱਸਿਆ ਜਦੋਂ ਤਾਰ ਜਮਾ ਜਾ ਕੇ ਖੁੱਚਾਂ ਕੋਲ ਟੁੱਟਦੀ ਹੈ ਉਦੋਂ ਜਾ ਕੇ ਡਾਕਟਰ ਨੂੰ ਸੱਦੋ ਤੜਕੇ ਤਾਰਾਂ ਦਿੰਦੀਆਂ ਤਾਂ ਉਹਦਾ ਇੰਤਜ਼ਾਰ ਕਰੋ ਦੁਪਹਿਰ ਤੋਂ ਬਾਅਦ ਆਥਣੇ ਤੱਕ ਜਾ ਕੇ ਉਦੋਂ ਬਰੀਕ ਤਾਰ ਹੋ ਗਈ ਉਦੋਂ ਟੀਕਾ ਭਰਾਓ ਜੇ ਦੂਜੇ ਦਿਨ ਹੈ ਦੂਜੇ ਦਿਨ ਵੀ ਟੀਕਾ ਭਰਾਓ ਠੀਕ ਆ ਜੀ 24 ਘੰਟਿਆਂ ਦੇ ਵਿੱਚ ਰਿਪੀਟ ਕਰਵਾਓ। ਤਾਂ ਪਸ਼ੂਆਂ ਦੀ ਕਈ ਹੀਟ ਬੜੀ ਲੰਮੀ ਜਾਂਦੀ ਹੈ ਤਿੰਨ ਤਿੰਨ ਚਾਰ ਚਾਰ ਦਿਨ ਰਹਿੰਦੀ ਆ ਕਿਉਂਕਿ ਸਾਡੇ ਨਾਲ ਇਹ ਚਾਂਸ ਹੁੰਦੀ ਰਹਿੰਦੀ ਆ ਜੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਠੀਕ ਆ ਯਾਰ ਲੇਟ ਹੋ ਗਏ ਜਾਂ ਪਹਿਲਾਂ ਹੋ ਗਏ ਇਹ ਚੀਜ਼ਾਂ ਦੇਖਦੀਆਂ ਸਾਨੂੰ ਮਿਲਦੀਆਂ ਜਿਹੜੀਆਂ ਚੀਜ਼ਾਂ ਅਸੀਂ ਮਤਲਬ ਸਾਡਾ ਮਤਲਬ ਜਿਹੜੀ ਵੀ ਚੀਜ਼ ਮੈਂ ਮਤਲਬ ਆਪਾਂ ਕਰਦੇ ਹਾਂ ਵੀ ਜਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਉਹੀ ਤੁਹਾਡੇ ਨਾਲ ਸਾਂਝੀ ਕਰ ਦਈਦੀ ਹੈ ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਨਹੀਂ ਇਹ ਲੰਮੋ ਆ ਗਈ ਜੀ। ਤਾਂ ਇਹ ਵੀ ਕੁਛ ਦਿਨ ਪਹਿਲਾਂ ਹੀ ਹਜੇ ਵੀ ਤੁਸੀਂ ਦੇਖ ਸਕਦੇ ਹਾਂ ਹਜੇ ਹੁਣ ਜਾ ਕੇ ਇਹ ਮਤਲਬ ਇਹਨੇ ਚੱਡਾ ਸੁਕਾਇਆ ਅਤੇ ਥਣਾਂ ਦੇ ਵਿੱਚ ਕੁਛ ਧਾਰਾਂ ਅਤੇ ਇਹਦੇ ਵਿੱਚ ਵੀ ਜਦੋਂ ਟਾਈਮ ਦੇਖਿਆ ਕਿ ਵੀ ਯਾਰ ਦੋ ਮਹੀਨੇ ਸਾਦਾਂ ਰਹਿ ਗਏ ਵੀ ਇਹ ਦੋਨੇ ਟਾਈਮ ਫਿਰ ਇੱਕ ਟਾਈਮ ਪਾਈ ਦਾਣਾ ਦੂਣਾ ਬੰਦ ਕਰਤਾ ਫਿਰ ਇੱਕ ਟਾਈਮ ਪਾ ਕੇ ਦਾਣਾ ਦੂਣਾ ਬੰਦ ਕਰਤਾ ਅਤੇ ਫਿਰ ਕਿਉਂਕਿ ਦੁੱਧ ਚਲੋ 6 ਲੀਟਰ ਹੀ ਸੀਗਾ ਜੇ ਦਾਣਾ ਦੂਣਾ ਬੰਦ ਕਰ ਦਿੰਦੇ ਆ ਪਸ਼ੂ ਨੂੰ ਇੱਕਦਮ ਵੀ ਫਰਕ ਪੈ ਜਾਂਦਾ ਤਾਂ ਦੂਜੇ ਕੁ ਦਿਨ ਹੀ ਇਹ 4 ਲੀਟਰ 'ਤੇ ਆ ਗਈ ਤਾਂ ਇੱਕ ਡੰਗ 'ਚੋਂ ਹੋਇਆ ਹੈ ਨਾ 4 ਲੀਟਰ ਫਿਰ ਬਸ ਇੱਕ ਡੰਗ 'ਚੋਂ ਹੀ 2-3 ਦਿਨ ਤਾਂ ਜਦੋਂ ਦਾਣਾ ਦੂਣਾ ਜਮਾਂ ਬੰਦ ਕੀਤਾ ਸੀ ਜਦੋਂ ਹੋਰ ਘਟਣ ਲੱਗ ਗਈ ਪਤਾ ਵੀ ਰੋਜ਼ ਯਾਰ ਸੁਕਾਉਣ ਲੱਗ ਗਈ ਪਸ਼ੂ ਨੂੰ ਪਤਾ ਲੱਗ ਜਾਂਦਾ ਟਾਈਮ ਦਾ
ਤਾਂ ਫਿਰ ਮਤਲਬ ਇਹਨੂੰ ਟਾਈਮ ਭੰਨਣ ਲੱਗ ਗਏ, ਜਿਵੇਂ ਅੱਜ ਚੋਲੀ ਕੱਲ੍ਹ ਨਹੀਂ ਚੋਈ ਅਤੇ ਪਰਸੋਂ ਜਾ ਕੇ ਮਤਲਬ ਚੋਤੀ, ਫਿਰ 4 ਦਿਨ ਨਹੀਂ ਚੋਈ, 5ਵੇਂ ਚੋਤੀ, ਐਂ ਜੇ ਕਰਦੇ ਕਰਦੇ ਨੂੰ ਮਤਲਬ ਵੀ ਪਸ਼ੂ 10-15 ਦਿਨਾਂ ਦੇ ਵਿੱਚ ਜਮ੍ਹਾਂ ਬਿਲਕੁਲ ਛੱਡਿਆ ਜਾਂਦਾ, ਕੋਈ ਚੱਕਰ ਨਹੀਂ ਪੈਂਦਾ। ਜਿਹੜੇ ਨੋਰਮਲ ਹੁੰਦੇ, ਜਿਹੜੇ ਤਾਂ ਥਣਾ ਥੋੜ੍ਹਾ 'ਚ ਕੋਈ ਪ੍ਰੋਬਲਮ ਆਉਂਦੀ ਆ, ਉਹਨਾਂ ਤਾਂ ਟਿਊਬਾਂ ਭਰਾਉਂਦੇ ਆ, ਪਰ ਜਿਹੜਾ ਸਹੀ ਸਲਾਮਤ ਪਸ਼ੂ ਹੁੰਦਾ ਉਹਦੇ ਫਿਰ ਕੀ ਫਾਇਦਾ ਹੁੰਦਾ ਸੇੜਨ ਦੀ, ਹੈ ਨਾ ਗੱਲ, ਤਾਂ ਇਹ ਗੱਲਬਾਤ ਹੈ। ਅਤੇ ਉਹ ਇੱਥੇ ਹੀ ਲਾ ਲਈ, ਇੱਥੇ ਹੀ ਇਹ ਆ ਗਈ ਆਪਣੀ ਅਮਨਤੀ ਵਾਲੀ, ਰੱਸਾ ਬਹੁਤ ਬਣਦੀ ਹੈ ਗੱਲ ਵਾਲਾ, ਕੁਦਰਤ ਕਰਨੀ ਹੋ, ਅੱਜ ਵੀ ਇਹਦੇ ਰੱਸਾ ਬਦਲਾਂਗੇ, ਯਾਦ ਰੱਖਿਓ ਚੰਗਾ। ਫਿਰ ਟੁੱਟ ਗਿਆ ਤਾਂ ਪਤਾ ਨਹੀਂ ਯਾਰ ਕਿਵੇਂ ਬਣਦੀ ਆ, ਹੈ ਨਾ, ਰੱਸਾ ਵੀ ਹੈ ਕਮਾਲ ਆ, ਵੀ ਇਹਦੇ ਨਾਲ ਵੀ ਰੱਸੇ ਪਾਏ ਹੋਏ ਆ, ਪਰ ਇਹਨੇ ਰੱਸਾ ਮਤਲਬ ਨਹੀਂ ਛੱਡਦੀ, ਬਹੁਤ ਛੇਤੀ ਰੱਸਾ ਬਣਦੀ ਹੈ। ਤਾਂ ਇਹ ਵੀ ਕਰਮ ਵਾਲੀ, ਤੁਸੀਂ ਦੇਖਿਆ ਝੋਟੀਆਂ ਉਹੀ ਆ ਜਿਹੜੀਆਂ ਪਹਿਲੀ ਵਾਰ ਚਵਾਈਆਂ, ਤਾਂ ਪਰ ਉਮਰ ਹੁਣ ਇਹਨਾਂ ਦੀ ਪਹਿਲਣ ਵਾਲੀ ਆ, ਜਿਵੇਂ ਮੰਨ ਲਓ ਦੁਬਾਰੇ ਹੁਣ ਸੂਣ ਵਾਲੀਆਂ, ਅਤੇ ਉਮਰ ਹੁਣ ਪਹਿਲਣ ਵਾਲੀ ਇਹਨਾਂ ਦੀ। ਇਹਦਾ ਮਨੱਤੀ ਵਾਲੀ ਦਾ ਆਪਾਂ ਉਦੋਂ ਇੱਧਰ ਉਹ ਪਾ ਦਿਓ, ਮੁੜ ਜਾ ਕੱਕ ਕਰਦਿਆ ਕਰ, ਮੂਹਰੇ ਮੂਹਰੇ ਕੱਕ ਕਰਦਿਆ ਕਰ ਟੋਨੀ, ਜਦੋਂ ਪਸ਼ੂ ਦੇ ਕਿੱਲੇ ਦੇ ਸਿਹਤ ਨੂੰ ਕੱਕ ਕਰ ਦਿਓ ਥੋੜ੍ਹੇ ਜਿਹੇ, ਬਸ ਪਸ਼ੂ ਨੂੰ ਧੱਕਾ ਕਰ ਦੋਗੇ ਉੱਧਰ ਨੂੰ ਪਸ਼ੂ ਦਾ ਮੂੰਹ ਹੋ ਜੂ, ਹੋ ਗਿਆ ਨਾ, ਮੜ ਜਾ ਮਗਰ ਹਟਾ ਲਾ, ਆਦੇ ਉਹਦੀ ਹੋ ਜੂ, ਮੈਟ ਸਿੱਟ ਲੈਣੇ ਆ, ਇੱਕ ਅੱਧਾ ਮੈਟ ਚੱਕ ਲੈਣੇ ਅੰਦਰੋਂ, ਅਤੇ ਬਸ ਸਿੱਟਦੇ ਇੱਕ ਮਿੰਟ ਹੀ। ਜਦੋਂ ਪਸ਼ੂ ਦੇ ਮੂਹਰੇ ਆ ਜੇ ਨਾ ਕੱਖ 'ਚ ਦਿਖਾ ਕੇ ਸਿੱਟੇ ਨਾ, ਫਿਰ ਪਸ਼ੂ ਨੂੰ ਪਤਾ ਲੱਗ ਜਾਂਦਾ ਵੀ ਕੱਖ, ਨਹੀਂ ਤਾਂ ਉਹਦਾ ਧਿਆਨ ਤਾਂ ਦੂਜੇ ਦੇ ਕੱਖਾਂ 'ਚ ਹੈਗਾ ਹੀ ਆ, ਫਿਰ ਥੋੜ੍ਹਾ ਜਿਹਾ ਕੰਟਰੋਲ 'ਚ ਮਤਲਬ ਆ ਜਾਂਦਾ। ਮੁੜ ਕੇ ਇਹਨੂੰ ਐਂ ਹੁੰਦਾ ਵੀ ਮੇਰੇ ਮੂਹਰੇ ਦਾ ਕੁਛ ਹੈ ਨਹੀਂ, ਵੀ ਇਹਨਾਂ ਦਾ ਖੁੱਲ ਨਹੀਂ ਤਾਂ ਹੱਥ ਜਿਹਾ ਮਾਰਦਾ। ਇਹ ਮਨੱਤੀ ਵਾਲੀ ਹੈ ਜੀ ਆਪਣੀ, ਇਹਦੇ ਵਾਲੀ ਫੀਡ ਨੂੰ ਚਿੰਬੜ ਗਿਆ ਕਿ ਕੋਈ ਨਾ ਖਾਂਦੀ ਆ, ਤਾਂ ਇਹਨੂੰ ਨਾਲੇ ਨਾ ਕੱਲ੍ਹ ਨੂੰ ਇਹਨੂੰ ਨਾਗਨੀ ਵਾਲੀ ਨੂੰ ਕੱਟ ਪਾਇਆ ਕਰੋ ਚੰਗਾ, ਥੋੜ੍ਹਾ ਜਿਹਾ ਮੁੜ ਕੇ ਫੀਡ ਛੱਡਦੀ ਆ, ਨਜ਼ਾਰਾ ਘੱਟ ਹੈ। ਚੱਲ ਕਰਾਂ ਸਿੱਟ ਮਹਿੰਗਲ ਮੈਡ ਮੂਡ ਚੜ੍ਹਾਈਏ ਗਾਂ, ਅਤੇ 2 ਮਿੰਟ ਬਾਅਦ ਫਿਰ ਆਪਾਂ ਮਿਲਦੇ ਹਾਂ, ਆਪਾਂ ਵੀਡੀਓ ਕਰ ਦਾਂਗੇ, ਐਡੀਟਿੰਗ ਥੋੜ੍ਹੀ ਜੋੜ ਲਾਂਗੇ, ਤਾਂ ਉਹ ਕਾਹਲੀ ਕਰਦਾ ਉਹਨੇ ਜਾਣਾ ਸੀਗਾ। ਤਾਂ ਇਹ ਆ ਗਈ ਆਪਣੀ ਦਿੱਲੀ ਵਾਲੀ, ਅੱਜ ਇਹਦੀ ਤਰੀਕ ਕਿੰਨੀ ਨੂੰ ਸੂਈ ਸੀ ਕੱਟ ਕੇ ਦੇਖਣ ਵਾਲੀ ਹੈ। ਖਾਣਾ ਪੀਣਾ ਊਂ ਠੀਕ ਹੈ ਵੀ ਥੋੜ੍ਹਾ ਬਹੁਤਾ ਸੜ ਜਾਂਦੀ ਹੈ, ਊਂ ਖਾ ਲੈਂਦੀ ਹੈ, ਪੈਣ ਦਾ ਪਾਪ ਉਹਦਾ ਨਹੀਂ, ਵੀ ਥੋੜ੍ਹੇ ਟਾਈਮ ਲਾ ਕੇ ਖਾ ਲੈਂਦੇ ਥੋੜ੍ਹਾ ਜਿਹਾ। ਇਹ ਵੀ ਉਮਰ ਦੀ ਵੱਡੀ ਹੋ ਗਈ ਮੱਝ, ਬਰੀਡਰ ਮੱਝ ਆ ਹੁਣ ਇਹ, ਬਸ ਬਰੀਡਿੰਗ ਕਰਨ ਵਾਸਤੇ ਇਹਨੂੰ ਉਡੀਕ ਰਹੀ ਹੈ, ਇਹ ਬੈਠਾ ਮੌਜਾਂ ਨਾਲ, ਇਹਨੂੰ ਕੋਈ ਪਰਵਾਹ ਨਹੀਂ। ਹੈਂ ਮੈਟ, ਹਾਂ ਰੇਤੇ 'ਤੇ ਸਿੱਟਣਾ ਮੈਟ, ਇੱਕ ਚੱਕ ਲਿਓ ਕੋਈ ਮਰਜ਼ੀ ਉਠਾ ਲਓ, ਹਾਂ ਅੰਦਰ ਵਾਲਾ ਉਠਾ ਲਓ, ਪਰ ਰੇਤੇ 'ਤੇ ਵੀ ਮਤਲਬ ਖੁੱਬੇ ਨਾ ਗਾਂ ਜੋ ਚੜ੍ਹਨ ਲੱਗੀ ਗੱਡੀ 'ਚ, ਐਂ ਰੇਤਾ ਰੂਤਾ ਸਿੱਟ ਕੇ ਊਂ ਤਾਂ ਹੁਣ ਕਾਫੀ ਦਿਨ ਹੋ ਗਏ, ਰੇਤਾ ਤਾਂ ਮੁੱਕਰ ਨਹੀਂ ਦਿੱਤਾ, ਮੁੱਕਿਆ ਸੀ ਫੇਰ ਲੈ ਆਉਂਦਾ, ਤਾਂ ਰੇਤੇ ਰੂਤੇ ਥੋੜ੍ਹੇ ਜਿਹੇ ਪਸ਼ੂ ਬਾਹਰ ਆ ਕੇ ਰੰਗ ਦੀ ਵੀ ਬਦਲਾਵ ਹੋਣ ਲੱਗ ਗਿਆ, ਦੇਖ ਸਕਦੇ ਹੋ ਤੁਸੀਂ ਬਲੈਕ ਦੇ ਵਿੱਚ ਹੋ ਚੱਲੀਆਂ, ਕਿਉਂਕਿ ਪਹਿਲਾਂ ਥੋੜ੍ਹੀਆਂ ਘੱਟ ਸੀ ਸਿੱਟ 'ਤੇ ਮੁੜ ਕੇ ਬਾਹਰ, ਵੀ ਉਹਨਾਂ ਕੁ ਥਾਂ ਬਣਿਆ ਵੀ ਬਾਹਰ ਜਿਹੜੀਆਂ ਨਿਕਲਣ, ਤਾਂ ਹੁਣ ਦੂਜੀਆਂ ਵੀ ਕੱਟੀਆਂ ਕੁੱਟੀਆਂ ਹਜੇ, ਉੱਧਰ ਵੀ ਥਾਂ ਪਿਆ, ਇੱਧਰਲੀਆਂ ਖੜੀਆਂ ਹਜੇ ਬਰਾਂਡੇ 'ਚ ਉਹ ਕੱਢਣ ਵਾਲੀਆਂ ਹਜੇ,